ਅਮਰੀਕਾ 'ਚ ਭਾਰੀ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਜਾਬ ਵਿੱਚ ਵੀ ਵਿਰੋਧ ਚੱਲਣਾ ਪੈ ਰਿਹਾ। ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਸਿੱਖ ਜਥੇਬੰਦੀਆਂ ਢੱਡਰੀਆਂ ਵਾਲਿਆਂ ਦੇ ਸਮਾਗਮ ਨੂੰ ਰੱਦ ਕਰਵਾਉਣ ਦੇ ਲਈ ਡੀਸੀ ਅਤੇ ਐਸਐਸਪੀ ਨੂੰ ਮੰਗ ਪੱਤਰ ਦੇਣ ਪਹੁੰਚੀਆਂ। ਇਸ ਦੌਰਾਨ ਸਿੱਖ ਆਗੂਆਂ ਨੇ ਕਿਹਾ ਕਿ ਪਿੰਡ ਮੁਗਰਾਲਾ ਬਾਈਪਾਸ ਤੇ 13, 14 ਅਤੇ 15 ਨਵੰਬਰ ਦੇ ਚੇਤਨਾ ਸਮਾਗਮ ਹਰ ਹਾਲ ਵਿੱਚ ਬੰਦ ਕੀਤੇ ਜਾਣ। ਜੇਕਰ ਉਹਨਾਂ ਦੀ ਮੰਗ ਵੱਲ ਗੌਰ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ। ਅੱਜ ਇਹ ਸਮੂਹ ਸਾਧ ਸੰਗਤ ਆ ਜਿਹੜੀ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੁਰੂ ਨਿੰਦਕ ਇੱਕ ਪ੍ਰਚਾਰਕ ਆ ਢੰਡਰੀਆਂ ਵਾਲਾ, ਉਹ ਦੀਵਾਨ ਲਾਉਣ ਜਾ ਰਿਹਾ। ਦੀਵਾਨ ਨਹੀਂ ਕਹਿ ਸਕਦੇ, ਅਖਾੜਾ ਹੀ ਆ ਉਹਦਾ ਤਾਂ। ਗੁਰ ਇਤਿਹਾਸ ਦੇ ਖਿਲਾਫ਼ ਬੋਲ ਰਿਹਾ, ਸਾਡੇ ਗ੍ਰੰਥ ਸਾਹਿਬ ਦੇ ਖਿਲਾਫ਼ ਟਿੱਪਣੀਆਂ ਕਰ ਰਿਹਾ, ਕਿ ਜ਼ਰੀਆ ਦੱਸ ਰਿਹਾ, ਦਸਮ ਗ੍ਰੰਥ ਦੇ ਖਿਲਾਫ਼, ਸਰੋਵਰਾਂ ਦੇ ਖਿਲਾਫ਼ ਬੋਲ ਰਿਹਾ। ਉਹਦੇ ਸੰਬੰਧ 'ਚ ਸੰਗਤ ਨੇ ਰੋਸ ਵਜੋਂ DC ਸਾਹਿਬ ਅਤੇ SSP ਸਾਹਿਬ ਨੂੰ ਮੰਗ ਪੱਤਰ ਦਿੱਤਾ ਅਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਆ ਜਿਹੜਾ ਉਹ ਰੋਕੂਗਾ, ਇਹਦੇ ਅਖਾੜੇ ਨੂੰ ਰੋਕੂਗਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣ ਦਊਗਾ। ਸਿੱਖ ਜਥੇਬੰਦੀਆਂ ਦੀ ਮੰਗ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ 13, 14, 15 ਨੂੰ ਦੀਨਾ ਨਗਰ ਮੁਗਰਾਲਾ ਪਿੰਡ ਇੱਥੇ ਸਮਾਗਮ ਆਪਣੇ ਰੱਖੇ ਸੀਗੇ, ਜੋ ਇਹ ਸਿੱਖ ਜਥੇਬੰਦੀਆਂ ਜਿਹੜੀਆਂ ਆ ਇਹ ਉਹਦੀ ਵਿਰੋਧਤਾ ਕਰਦੇ ਨੇ। ਇਹਨਾਂ ਨੇ ਅੱਜ ਸਾਨੂੰ ਇੱਕ ਮੰਗ ਪੱਤਰ ਪੇਸ਼ ਕੀਤਾ ਆ ਕਿ ਇਹਨੂੰ ਇਹ ਇੱਥੇ ਨਾ ਇਹਨਾਂ ਦਾ ਸਮਾਗਮ ਹੋਵੇ, ਜੋ ਇਹ ਉੱਚ ਅਫਸਰਾਂ ਦੀ ਅਤੇ DC ਸਾਹਿਬ ਦੀ ਨੌਲੇਜ ਵਿੱਚ ਮੰਗ ਪੱਤਰ ਜਾਂ ਲਿਆ ਦਿੱਤਾ ਜਾਊਗਾ ਅਤੇ ਲੋੜ ਅਨੁਸਾਰ ਜਿਹੜੀ ਕਾਰਵਾਈ ਅਮਲ 'ਚ ਲੈਂਦੀ ਜਾਊਗੀ। ਫਿਲਹਾਲ ਅਜੇ ਇਹ ਉੱਚ ਅਫਸਰਾਂ ਨਾਲ ਅਤੇ DC ਸਾਹਿਬ ਨਾਲ ਇਹਦਾ ਗੱਲਬਾਤ ਚੱਲਦੀ ਪਈ ਹੈ। ਦੱਸ ਦਈਏ ਕਿ ਹਾਲ ਹੀ 'ਚ ਢੱਡਰੀਆਂ ਵਾਲੇ 'ਤੇ ਅਮਰੀਕਾ ਦੌਰੇ ਦੌਰਾਨ ਵੀ ਜਾਨਲੇਵਾ ਹਮਲਾ ਹੋਇਆ ਸੀ ਅਤੇ ਹੁਣ ਇੱਕ ਵਾਰ ਮੁੜ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਢੱਡਰੀਆਂ ਵਾਲਿਆਂ ਦੇ ਖਿਲਾਫ਼ ਲਾਮਬੰਦ ਹੋ ਰਹੀਆਂ ਨੇ, ਜਿਸ ਕਾਰਨ ਹਾਲਾਤ ਨਾਜ਼ੁਕ ਬਣ ਸਕਦੇ ਨੇ। ਲਿਹਾਜ਼ਾ ਸਮਾਂ ਰਹਿੰਦੇ ਪ੍ਰਸ਼ਾਸਨ ਨੂੰ ਇਸ ਤੇ ਕਾਬੂ ਪਾ ਲੈਣਾ ਚਾਹੀਦਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।